ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ, ਅਤੇ ਇਸ ਵੀਡੀਓ 'ਚ ਤੁਹਾਡੇ ਨਾਲ ਤਿੰਨ ਨੁਕਤਿਆਂ ਦੀ ਗੱਲਬਾਤ ਕਰਨੀ ਆ। ਝੋਨੇ ਦੀਆਂ ਵੱਖ ਵੱਖ ਕਿਸਮਾਂ ਦੀ ਪਨੀਰੀ ਦੀ ਸਹੀ ਉਮਰ, ਬਾਸਮਤੀ ਦੀਆਂ ਵੱਖ ਵੱਖ ਕਿਸਮਾਂ ਦੀ ਪਨੀਰੀ ਦੀ ਸਹੀ ਉਮਰ, ਬੰਪਰ ਝਾੜ ਲਈ ਜੇ ਆਪਾਂ ਗੱਲ ਕਰੀਏ। ਦੇਖੋ, ਪਨੀਰੀ ਵੱਡੀ ਹੁੰਦੀ ਆ ਜਦੋਂ ਉਹਦੇ ਵਿੱਚ ਗੰਢਾਂ ਪੈਂਦੀਆਂ ਨੇ, ਕੁਆਲਿਟੀ ਵੀ ਖਰਾਬ ਹੁੰਦੀ ਆ। ਕਈ ਵਾਰ ਕਿਸਾਨ ਵੀਰਾਂ ਦਾ ਕਹਿਣਾ ਹੁੰਦਾ ਕਿ ਵੱਡੀ ਪਨੀਰੀ ਚਾਹੀ, ਝਾੜ ਠੀਕ ਲੈ ਲਿਆ, ਝਾੜ ਠੀਕ ਤੁਹਾਡਾ ਆ ਸਕਦਾ, ਪਰ ਉਹਦੇ ਵਿੱਚ ਤੁਹਾਡੀ ਕੁਆਲਿਟੀ ਜਾਂ ਖਰਚਾ, ਤੁਹਾਡਾ ਕੁਆਲਿਟੀ ਖਰਾਬ ਹੋਊ, ਖਰਚਾ ਵਧੂਗਾ। ਪਲੱਸ ਜਿਹੜਾ PR 131 ਦੀ ਪਨੀਰੀ 'ਚ ਜਿਹੜਾ ਖਾਸ ਧਿਆਨ ਦੇਣ ਯੋਗ ਨੁਕਤਾ, ਤਾਂ ਕਿ ਆਪਣਾ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ, ਉਹਦੇ ਬਾਰੇ ਗੱਲਬਾਤ ਕਰਨੀ। ਜੇ ਕੋਈ ਨਵੇਂ ਕਿਸਾਨ ਵੀ ਜੁੜੇ, ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦੱਬ ਲਓ, ਜੇ ਫੇਸਬੁੱਕ ਪੇਜ 'ਤੇ ਰਹਿੰਦਾ ਪੇਜ ਫੋਲੋ ਕਰ ਸਕਦੇ, ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ। ਸੋ PR 131 ਦੇ ਵਿੱਚ ਕਿਸਾਨ ਵੀਰੋ, ਖਾਸ ਤੁਹਾਡੇ ਵਾਸਤੇ ਸਾਵਧਾਨੀ ਹੈ, ਜਿਹੜੀ ਤੁਸੀਂ ਪਨੀਰੀ ਹੈ, ਫਰਜ ਕਰ ਲਓ ਜੀ 25-28 ਮਈ ਤੋਂ ਜਿਹੜੀ ਬੀਜੀ ਆ, ਅਤੇ ਤੁਹਾਡੀ ਪਨੀਰੀ ਤਕਰੀਬਨ 20 ਦਿਨ ਦੇ ਨੇੜ ਉਹ ਹੋਣ ਵਾਲੀ ਆ, 12 ਜੂਨ ਹੋ ਗਈ, ਤਾਂ ਉਹਦੇ ਵਿੱਚ ਤੁਸੀਂ ਖਾਸ ਖਿਆਲ ਰੱਖਣਾ ਕਿ ਹੁਣ ਫਸਲ ਦਾ ਡੇਲੀ ਨਿਰੀਖਣ ਕਰੋ। ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਆਸ ਆ ਕਿ ਤੁਸੀਂ ਜਿਹੜਾ ਆਪਦੀ ਮੋਟਰ ਵਾਲੀ ਜਿਹੜੀ ਕੋਠੀ ਆ, ਮੋਟਰ ਦੇ ਉੱਤੇ ਜਿਹੜਾ ਬਲਬ ਲਾ ਕੇ ਰਾਤ ਨੂੰ ਜਗਾ ਕੇ ਰੱਖਿਆ ਹੋਊਗਾ, ਉਹਦੇ ਵਿੱਚ ਆਪਾਂ ਨੂੰ ਚਿੱਟੀ ਪਿੱਠ ਵਾਲੇ ਟਿੱਡੇ ਦੀ ਆਮਦ ਨਜ਼ਰ ਆ ਜਾਂਦੀ ਜੇ ਹਮਲਾ ਹੁੰਦਾ। ਜਾਂ ਫਿਰ ਬੂਟਿਆਂ ਦੇ ਵਿੱਚ ਨਿਰੀਖਣ ਕਰੋ, ਪਨੀਰੀ ਦੇ ਵਿੱਚ ਉਹਨਾਂ ਨੂੰ ਝਾੜ ਕੇ ਦੇਖੋ, ਜੇ ਤੁਹਾਨੂੰ ਲੱਗਦਾ ਤਾਂ ਉਹਦੇ ਵਿੱਚ ਤੁਰੰਤ ਆਪਾਂ, ਕਿਉਂਕਿ ਇਹ ਸਮੇਂ ਟਾਈਮ ਹੈ 15-20 ਦਿਨ ਦੀ ਪਨੀਰੀ ਦੇ ਉੱਤੇ ਸਮਾਂ ਹੁੰਦਾ, ਸਹੀ ਸਮਾਂ ਕਿ ਆਪਾਂ ਜਿਹੜੀ ਜ਼ਰੂਰਤ ਅਨੁਸਾਰ 94 ml ਪੈਕਸਾਲੋਨ ਪ੍ਰਤੀ ਏਕੜ ਜਾਂ 60 ਗ੍ਰਾਮ ਊਲਾਲਾ ਪ੍ਰਤੀ ਏਕੜ ਜਾਂ 80 ਗ੍ਰਾਮ ਓਸ਼ੀਨ ਟੋਕਣ, ਇਹਨਾਂ 'ਚੋਂ ਕੋਈ ਵੀ ਪ੍ਰਤੀ ਏਕੜ, ਜਾਂ 120 ਗ੍ਰਾਮ ਚੈਸ ਪ੍ਰਤੀ ਏਕੜ, ਜਾਂ 400 ਮਿਲੀਲੀਟਰ ਆਰਕੈਸਟਰਾ ਬੈਂਜ ਪਾਇਰੀ ਮੋਕਸਾਨ ਟੈਕਨੀਕਲ ਹੁੰਦਾ ਪ੍ਰਤੀ ਏਕੜ, ਜਾਂ 300 ਮਿਲੀਲੀਟਰ ਅਮੈਜਨ ਦਵਾਈ ਆਉਂਦੀ ਹੈ ਫਲੂ ਪਾਇਰੀਮਿਨ ਪ੍ਰਤੀ ਏਕੜ ਦੇ ਹਿਸਾਬ ਨਾਲ, ਇਹਨਾਂ 'ਚੋਂ ਤੁਸੀਂ ਕੋਈ ਵੀ ਕੀਟਨਾਸ਼ਕ ਆ ਜਿਹੜਾ ਉਹ ਆਪਦੀ ਪਨੀਰੀ ਦੇ ਉੱਤੇ ਸਪਰੇਅ ਜ਼ਰੂਰ ਕਰ ਦਿਓ, ਜੇ ਤੁਹਾਨੂੰ ਹਮਲਾ ਕਿਤੇ ਚਿੱਟੀ ਪਿੱਠ ਵਾਲੇ ਟਿੱਡੇ ਦਾ ਨਜ਼ਰ ਆਉਂਦਾ, ਤਾਂ ਕਿ ਮਧਰੇ ਬੂਟਿਆਂ ਦਾ ਰੋਗ ਜਿਹੜਾ ਬੌਣਾ ਵਾਇਰਸ ਆ, ਉਹ ਕਿਸੇ ਕਿਸਮ ਦੀ ਕੋਈ ਗੁੰਜਾਇਸ਼ ਆਪਣੇ ਖੇਤ ਦੇ ਵਿੱਚ ਨਾ ਰਹੇ। ਜੇ ਕਿਸੇ ਕਿਸਮ ਦਾ ਹਮਲਾ ਨਹੀਂ ਨਜ਼ਰ ਆਉਂਦਾ ਤਾਂ ਫਿਰ ਜ਼ਰੂਰਤ ਨਹੀਂ ਹੈ। ਸੋ ਪਨੀਰੀ ਦੀ ਕਿਸਾਨ ਵੀਰੋ, ਸਭ ਤੋਂ ਪਹਿਲਾਂ ਟਾਈਮ ਦੀ ਜੇ ਆਪਾਂ ਗੱਲ ਕਰੀਏ, PR 121 ਤੋਂ ਲੈ ਕੇ PR 126 ਨੂੰ ਛੱਡ ਕੇ, PR 121, PR 114, PR 122 ਆ, PR 128, 29, 30, 31, ਇਹਨਾਂ ਦੇ ਵਿੱਚ ਜਿਹੜੀ 25 ਜੂਨ ਜਾਂ ਉਸ ਤੋਂ ਬਾਅਦ ਜਿਹੜੀ ਪਨੀਰੀ ਦੀ ਲਵਾਈ ਹੁੰਦੀ ਆ, ਉਹਦੇ ਵਿੱਚ ਝਾੜ ਆਪਾਂ ਨੂੰ ਬੰਪਰ ਮਿਲਦਾ। PR 126 ਦੀ ਜਿਹੜੀ ਜੁਲਾਈ ਦੀ ਲਵਾਈ ਆ, 5-15-20 ਜੁਲਾਈ ਦੀ ਲਵਾਈ, ਉਹਦਾ ਬੈਸਟ ਝਾੜ ਮਿਲਦਾ। ਵੈਸੇ ਆਪਾਂ ਜਿਹੜੀ 25 ਜੂਨ ਤੋਂ ਇਹਦੀ ਲਵਾਈ ਕਰ ਸਕਦੇ ਹਾਂ, PR 126 ਦੀ 25 ਜੂਨ ਤੋਂ 15-20 ਜੁਲਾਈ ਤੱਕ, ਅਤੇ ਜਿਹੜੀਆਂ PR 114 ਤੋਂ ਲੈ ਕੇ PR 121, 22, 28, 29, 30, 31 ਆ, ਇਹਨਾਂ ਦੀ ਆਪਾਂ ਲਵਾਈ ਆ ਜਿਹੜੀ ਉਹ 20 ਜੂਨ ਤੋਂ 25, 28, 30 ਜੂਨ, 5 ਜੁਲਾਈ ਤਾਈਂ ਜਿਹੜੀ ਹੈਗੀ ਹੈ ਲਵਾਈ ਕਰ ਸਕਦੇ। ਇਹਦੇ ਵਿੱਚ ਤੁਹਾਨੂੰ ਇਸ ਵਿੰਡੋ 'ਚ ਬੰਪਰ ਝਾੜ ਮਿਲੂਗਾ। ਜੇ ਤੁਸੀਂ ਅਗੇਤੀ ਲਵਾਈ ਇਦੂ ਕਰਦੇ ਹਾਂ ਤਾਂ ਉਹਦੇ ਵਿੱਚ ਆਪਾਂ ਨੂੰ ਸਮੱਸਿਆ, ਕੀੜੇ ਮਕੌੜਿਆਂ ਦੀ, ਬਿਮਾਰੀਆਂ ਦੀ, ਖਰਚੇ ਦੀ, ਖੇਚਲ ਦੀ ਆ ਸਕਦੀ ਆ। PR 126 ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ। ਜੇ ਪਨੀਰੀ ਦੀ ਜੇ ਆਪਾਂ ਗੱਲ ਕਰੀਏ, PR 126 ਦੇ ਵਿੱਚ 25 ਦਿਨ ਦੀ ਪਨੀਰੀ, ਵੈਸੇ 25-30 ਦਿਨ ਦੀ ਵਿੰਡੋ ਹੁੰਦੀ ਹੈ, ਪਰ 25 ਦਿਨ ਦੀ ਲਾਓਗੇ ਤਾਂ ਬੈਸਟ ਝਾੜ ਮਿਲੂਗਾ। PR 131, PR 114, 21, 22, 28, 29, 30, ਇਹਨਾਂ ਦੇ ਵਿੱਚ 30-35 ਵਾਲੀ ਵਿੰਡੋ ਹੁੰਦੀ, ਪਰ ਜੇ ਆਪਾਂ 30 ਦਿਨ ਦੀ ਪਨੀਰੀ ਲਾਵਾਂਗੇ, 35 ਵਾਲੀ ਨਾਲੋਂ ਵਧੀਆ ਪਰਫੋਰਮ ਕਰੂ, ਜਲਦੀ ਚੱਲੂ, ਫੋਟ ਵੱਧ ਕਰੂ, ਝਾੜ ਚੰਗਾ ਹੋਊਗਾ। ਇਸੇ ਤਰ੍ਹਾਂ
ਜੇ ਆਪਾਂ ਬਾਸਮਤੀ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ ਬਾਸਮਤੀ ਦੇ ਵਿੱਚ ਪੰਜਾਬ ਬਾਸਮਤੀ 7, ਪੰਜਾਬ ਬਾਸਮਤੀ 5, 11, 21, 16, 37, 17, 18, 18, 85 ਇਹਨਾਂ ਕਿਸਮਾਂ ਦੇ ਵਿੱਚ ਪਨੀਰੀ ਹੈ ਜਿਹੜੀ ਤੁਹਾਡੀ 25 ਤੋਂ 30 ਦਿਨ ਦੀ 30 ਤੋਂ 35 ਦਿਨ ਦੀ ਵਿੰਡੋ ਆ ਅਤੇ 30 ਦਿਨ ਦੀ ਲਾਓਗੇ ਤਾਂ ਬੈਸਟ ਝਾੜ ਆਪਾਂ ਨੂੰ ਮਿਲੂਗਾ। 35 ਦਿਨ ਦੀ ਹੁੰਦੀ ਆ ਬਾਸਮਤੀ ਦੀ ਪਨੀਰੀ ਖਾਸ ਤੌਰ 'ਤੇ, ਤਾਂ ਇਹਦੇ ਵਿੱਚ ਜਿਹੜੀਆਂ ਤਣੇ ਦੇ ਵਿੱਚ ਗੰਢਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ। ਅਤੇ ਜਿਹੜੀ 1847 ਪੂਸਾ ਬਾਸਮਤੀ 1847, 1509, 1692, 25 ਦਿਨ ਦੀ ਪਨੀਰੀ ਲਾਉਣੀ ਚਾਹੀਦੀ ਆ। ਫੋਟ ਚੰਗੀ ਮਿਲਦੀ ਆ, ਕੁਆਲਿਟੀ ਚੰਗੀ ਮਿਲਦੀ ਆ ਜਿਹੜੀ ਵੱਡੀ ਗੱਲ ਹੈ, ਕਿਉਂਕਿ ਜਿਵੇਂ ਜਿਵੇਂ ਬੁੱਢੀ ਹੁੰਦੀ ਜਾਂਦੀ ਪਨੀਰੀ ਉਹਦੇ ਵਿੱਚ ਆਪਾਂ ਨੂੰ ਯੂਰੀਆ ਦੀ ਵੱਧ ਲੋੜ ਪੈਂਦੀ ਹੈ, ਯੂਰੀਆ ਦੀ ਵੱਧ ਲੋੜ ਪੈਂਦੀ ਹੈ, ਬਿਮਾਰੀਆਂ ਕੀੜੇ ਮਕੌੜੇ ਆਉਂਦੀਆਂ, ਪੱਕਣ ਦੇ ਵਿੱਚ ਦਾਣੇ ਦੀ ਕੁਆਲਿਟੀ ਖਰਾਬ ਹੁੰਦੀ ਹੈ, ਡਿਊਰੇਸ਼ਨ ਆਪਾਂ ਵਧਾ ਦਿੰਦੇ ਹਾਂ, ਫਲਾਵਰਿੰਗ ਲੇਟ ਆਉਂਦੀ ਹੈ, ਗ੍ਰੇਨ ਫਿਲਿੰਗ ਜਿਹੜੇ ਹੈਗੇ ਟਾਈਮ ਲੰਬਾ ਹੋ ਜਾਂਦਾ। ਇਹ ਗੱਲ ਦਾ ਖਾਸ ਖਿਆਲ ਰੱਖਣਾ। ਪਨੀਰੀ ਤਿਆਰ ਕਿਵੇਂ ਕਰਨੀ ਹੈ 25 ਦਿਨਾਂ 'ਚ 30 ਦਿਨਾਂ 'ਚ, ਉਹਦੇ ਬਾਰੇ ਮੈਂ ਪਹਿਲਾਂ ਵੀਡੀਓ ਸਾਂਝੀ ਕੀਤੀ ਸੀ। ਪਨੀਰੀ ਤੁਹਾਨੂੰ ਉੱਗਣ ਤੋਂ ਲੈ ਕੇ, ਜੇ ਤੁਸੀਂ ਪੰਗਾਰ ਕੇ ਬੀਜੀ ਆ ਤਾਂ ਉਸੇ ਦਿਨ ਤੋਂ, ਜੇ ਤੁਸੀਂ ਵੈਸੇ ਬੀਜੀ ਆ ਸੁੱਕੇ ਦੇ ਵਿੱਚ ਤਾਂ ਫਿਰ ਜਦੋਂ ਉੱਗਦੀ ਆ ਪਨੀਰੀ ਉੱਥੋਂ ਲੈ ਕੇ ਤੁਸੀਂ ਦਿਨ ਗਿਣੋ। 25 ਦਿਨ ਦੀ 30 ਦਿਨ ਦੀ ਪਨੀਰੀ ਲਾਓਗੇ ਉਹਦੇ ਵਿੱਚ ਆਪਾਂ ਨੂੰ ਵੱਡੀ ਪਨੀਰੀ ਨਾਲੋਂ, ਆਪਾਂ ਨਾ ਕਈ ਵਾਰ ਇਹ ਤਜਰਬਾ ਕਰ ਲਿਓ ਕਿ ਆਪਾਂ 10 ਦਿਨ ਝੋਨਾ ਲਾਉਂਦੇ ਰਹਿੰਦੇ, ਜੇ ਉਸੇ ਪਨੀਰੀ ਪਿੱਛੋਂ ਪੱਟ ਕੇ ਲਾਇਆ ਹੋਵੇ ਜਿਹੜੀ ਆਪਾਂ ਪਹਿਲੇ ਦਿਨ ਪਨੀਰੀ ਲਾਈ ਸੀ ਉਹਦਾ ਝਾੜ ਵੱਧ ਹੋਊ, ਜਿਹੜੀ 10ਵੇਂ ਦਿਨ ਲਾਈ ਆ ਉਹਦਾ ਝਾੜ ਘੱਟ ਹੋਊ, ਇਹ ਤੁਸੀਂ ਆਪ ਖੁਦ ਤਜਰਬਾ ਚੈੱਕ ਕਰਕੇ ਦੇਖ ਸਕਦੇ ਹਾਂ। ਮਤਲਬ ਇਹ ਆਪਣਾ ਖਰਚ ਘੱਟ ਖਰਚੇ ਦੇ ਵਿੱਚ, ਮਤਲਬ ਖਰਚਾ ਹੈ ਹੀ ਨਹੀਂ ਇਹਦੇ ਵਿੱਚ, ਅਤੇ ਆਪਣਾ ਝਾੜ ਚੰਗਾ ਹੋ ਜਾਂਦਾ। ਕੱਦੂ ਕਰਨ ਵੇਲੇ ਪਾਣੀ ਬਹੁਤ ਘੱਟ ਰੱਖੋ, ਇਹਦੇ ਬਾਰੇ ਆਪਾਂ ਵੱਖਰੀ ਵੀਡੀਓ ਵੀ ਸ਼ੇਅਰ ਕਰਾਂਗੇ, ਬਹੁਤ ਘੱਟ ਪਾਣੀ ਰੱਖੋ ਅਤੇ ਉਹਦੇ ਨਾਲ ਬੂਟੇ ਡੂੰਘੇ ਨਹੀਂ ਲੱਗਦੇ, ਚੱਲਦੇ ਜਲਦੀ ਹੈ, ਅਤੇ ਤੀਜੇ ਚੌਥੇ ਦਿਨ ਪਾਣੀ ਆਪਾਂ ਵਧਾ ਸਕਦੇ ਹਾਂ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਜੀ।